ਮੈਂ ਕਮਲ ਕਸੂਰ ਪਿੰਡ ਨਰੋਟ ਮੇਰੇ ਦਾ ਵਾਸੀ ਹਾਂ। ਮੈਂ ਆਪਣੇ ਬੱਚੇ ਦੋਨੋਂ ਹੀ ਪ੍ਰਾਈਵੇਟ ਸਕੂਲ ਵਿੱਚ ਪਾਏ ਸੀ ਅਤੇ ਉੱਥੋਂ ਹੁਣ ਮੈਂ 9ਵੀਂ 10ਵੀਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਨਰੋਟ ਮੇਰੇ ਵਿੱਚ ਐਡਮਿਸ਼ਨ ਦਵਾਈ ਹੈਗੀ ਆ ਅਤੇ ਇੱਥੇ ਵੀ ਮੇਰੇ ਬੱਚੇ ਠੀਕ ਹੈਗੇ ਆ। ਮੇਰਾ ਛੋਟਾ ਬੱਚਾ ਨਵੀਨ ਕੁਮਾਰ 9ਵੀਂ ਕਲਾਸ ਦਾ ਵਿਦਿਆਰਥੀ ਆ ਅਤੇ ਉਹ ਜ਼ਿਲ੍ਹੇ ਵਿੱਚ ਸਾਇੰਸ ਦੇ ਪ੍ਰੋਜੈਕਟ 'ਚ ਫਸਟ ਆਇਆ ਹੈਗਾ ਅਤੇ ਉਹ ਫਿਰ ਉਸਦੇ ਬਾਅਦ ਚੰਡੀਗੜ੍ਹ ਵੀ ਗਏ ਸੀ, ਉੱਥੇ ਵੀ ਫਸਟ ਆਇਆ ਹੈਗਾ। ਅਤੇ ਮੈਂ ਤਾਂ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਦੀ ਅਤੇ ਪ੍ਰਿੰਸੀਪਲ ਦੀ ਧੰਨਵਾਦੀ ਹਾਂ। ਇਹਨਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਮੇਰੇ ਦੋਨੇ ਬੱਚੇ ਇੱਥੋਂ ਤੱਕ ਪਹੁੰਚ ਸਕਦੇ ਹਨ। ਮੇਰਾ 10ਵੀਂ 'ਚ ਵੱਡਾ ਲੜਕਾ ਹੈਗਾ, ਉਹ ਵੀ ਪੜ੍ਹਾਈ ਦੇ ਵਿੱਚ ਕਹਿੰਦੇ ਆ ਕਿ ਠੀਕ ਹੈਗਾ ਅਤੇ ਮੈਨੂੰ ਵੀ ਠੀਕ ਹੀ ਲੱਗਦਾ ਹੈਗਾ। ਬਾਕੀ ਮੈਂ ਪਿੰਡ ਵਾਸੀਆਂ ਅੱਗੇ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਕਰਾਉਣਾ ਚਾਹੀਦਾ ਹੈਗਾ।